ਸਲਾਮ ਵਾਲੇਕਮ ਜੀ ਵੇਖੋ ਪੰਜਾਬ ਚੈਨਲ ਤੇ ਜੀ ਆਇਆਂ ਨੂੰ ਸੋਹਣੀਓ ਜੀਉਂਦੇ ਵਾਸਤੇ ਰਹੋ ਮੈਂ ਸਜਾਦ ਜੱਟ ਇੱਕ ਨਵੀਂ ਨਵੇਕਲੀ ਵੀਡੀਓ ਤੁਹਾਡੇ ਤੇ ਕਰ ਲੈ ਕੇ ਆਇਆ ਜੀ ਜਿਹੜੀ ਕਿ ਭਰਪੂਰ ਜਾਣਕਾਰੀ ਵਾਲੀ ਹੈ ਪਾਕਿਸਤਾਨ ਫਿਲਮ ਇੰਡਸਟਰੀ ਵਿੱਚ ਦੋ ਫਿਲਮਾਂ ਬਹੁਤ ਵੱਡੀਆਂ ਰਹੀਆਂ ਇੱਕ ਅਕਮਲ ਦੀ ਪਹਿਲੀ ਐਜ਼ ਅ ਹੀਰੋ ਫਿਲਮ ਜਬਰੂ ਤੇ ਦੂਸਰੀ ਪਾਕਿਸਤਾਨ ਦੀ ਮੁਗਲੇ ਆਜ਼ਮ ਯਾਨੀ ਸਭ ਤੋਂ ਵੱਡੀ ਫਿਲਮ ਜਿਹਨੂੰ ਆਖਿਆ ਜਾਂਦਾ ਉਹ ਜੀ ਅਕਮਲ ਦੀ ਉਹ ਵੀ ਫਿਲਮ ਮਲੰਗੀ ਇਹ ਦੋਨੋਂ ਫਿਲਮਾਂ ਜਿਹੜੇ ਬੰਦੇ ਨੇ ਲਿਖੀਆਂ ਨਾ ਅੱਗੇ ਵੀ ਬੜੀਆਂ ਫਿਲਮਾਂ ਉਸ ਬੰਦੇ ਨੇ ਲਿਖੀਆਂ ਉਹਦਾ ਨਾਮ ਸੀ ਸਿੱਕੇਦਾਰ ਜਿਹੜੇ ਅੱਗੇ ਫਿਲਮਾਂ ਦੇ ਵਿੱਚ ਐਕਟਿੰਗ ਵੀ ਬੜੀ ਕਮਾਲ ਕਰਦੇ ਸਨ ਜਿਵੇਂ ਤੁਹਾਡੀ ਇੱਛਾ ਇਹ ਮਨਿੰਮ ਜੀ ਦੁੱਲਿਹਾਨੁ ਖੀਵੀਆ ਰੱਈਆ ਦੇਖੇ ਤੇ ਕਾਗਜ਼ ਤੇ ਉੱਠ ਲਵਾਲੋ ਜਿਵੇਂ ਕਿ ਹਿੰਦੂ ਬਨਿਆ ਦੇ ਰੋਲ ਬੜੇ ਕਮਾਲੋਂ ਕਰਦੇ ਰਹੇ ਨੇ ਇਹਨਾਂ ਫਿਲਮਾਂ ਦੇ ਵਿੱਚ ਹੀ ਅੱਛਾ ਜੀ ਉਹਨਾਂ ਦੀ ਉਹਨਾਂ ਨੂੰ ਪਾਲਣ ਵਾਲੀ ਉਹਨਾਂ ਦੀ ਇੱਕ ਮਾਂ ਸੀ ਲਾਹੌਰ ਦੀ ਨਾਮੀ ਗ੍ਰਾਮੀ ਉਸ ਵੇਲੇ ਦੀ ਜਿਹਨੂੰ ਆਖਿਆ ਜਾਂਦਾ ਜਿਹਦਾ ਨਾਮ ਸੀ ਆਪਣਾ ਕੰਜਰੀ ਬਾਹਰੋਂ ਮਸ਼ੀਨ ਬਾਹਰੋਂ ਮਸ਼ੀਨ ਵੈਸੇ ਉਹਨੂੰ ਕਹਿੰਦੇ ਸੀ ਉਹਦੀ ਪੂਰੀ ਕਹਾਣੀ ਕਿ ਜਦੋਂ ਉਹ ਕਿਸਰਾ ਇਹਨੂੰ ਸਿੱਕੇਦਾਰ ਨੂੰ ਜਨਾਬੈ ਲਈ ਉਹ ਪਰਵਾਨ ਚਾੜਦੀ ਏ ਫਿਰ ਜਦੋਂ ਮਰਦੀ ਇੱਕ ਮਸ਼ਹੂਰ ਕੰਜਰੀ ਲਾਹੌਰ ਹੀਰਾ ਮੰਡੀ ਦੀ ਉਹਦੀ ਕਬਰ ਤੋਂ ਇੱਕ ਬੰਦੇ ਨੇ ਵੇਖਿਆ ਖੁਸ਼ਬੂ ਕਾਦੀ ਆਉਂਦੀ ਸੀ ਆਖਰ ਉਹ ਕੀ ਕੰਮ ਕੀ ਕਰਦੀ ਹੁੰਦੀ ਸੀ ਥੋਕੇ ਨਿਆਜ਼ ਬੇਗ ਦੇ ਇਲਾਕੇ ਚ ਜੰਮਣ ਵਾਲੀ ਇਸ ਕੰਜਰੀ ਨੇ ਕੀ ਕਾਰਨਾਮੇ ਸਰ ਅੰਜਾਮ ਦਿੱਤੇ ਸਨ ਤੇ ਕੰਜਰੀ ਨਾ ਕਿਉ ਪਿਆ ਇਸ ਤਰ੍ਹਾਂ ਦੀ ਕਹਾਣੀ ਇੰਟਰਨੈਟ ਦੀ ਦੁਨੀਆ ਤੇ ਪਹਿਲੀ ਦਫਾ ਤੁਸੀਂ ਸੁਣ ਰਹੇ ਹੋ ਤੇ ਕਿਸ ਬੰਦੇ ਨੇ ਸੁਣਾਈ ਉਹ ਬਾਬੇ ਬਜ਼ੁਰਗ ਹੋ ਗਏ ਨੇ ਤੇ ਫਿਲਮਾਂ ਦੇ ਲਖਾਰੀ ਵੀ ਨੇ ਪੂਰੀ ਪੂਰੀ ਜਾਣਕਾਰੀ ਸਿੱਕੇਦਾਰ ਨੂੰ ਮਿਲੇ ਸਾਰੇ ਮਾਮਲਾਤ ਉਸ ਇਲਾਕੇ ਦੇ ਹਰ ਬੰਦੇ ਨੂੰ ਜਾਣਦੇ ਚੱਪਾ ਚੱਪਾ ਤੇ ਪਾਕਿਸਤਾਨ ਦੇ ਇੱਕ 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 ادارے ਦੇ ਅਫਸਰ ਵੀ ਲਏ ਹੋ ਉਹਨਾਂ ਨਾਲ ਤੁਹਾਨੂੰ ਮਿਲਵਾਨੇ ਆ ਪੂਰੀ ਕਹਾਣੀ ਜਰਾ ਬਈ ਉਹਨਾਂ ਸਾਨੂੰ ਦਿੱਤੀ ਹੈ ਲਓ ਤੁਹਾਡੇ ਤਾਂ ਰੱਖ ਰਿਹਾ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਨਹੀਂ ਕੀਤਾ ਕਰ ਲੋ ਸੋਣਿਓ ਤਾਂ ਕਿ ਇਸ ਤਰ੍ਹਾਂ ਦੇ ਖਜ਼ਾਨੇ ਵੀ ਤੁਹਾਡੇ ਦੀ ਕਰਪੜ ਦੇ ਰਹਿਣ ਸੋਣਿਓ ਕੰਜਰੀ ਬਾਰੋ ਮਸ਼ੀਨ ਜਿਹੜੀ ਹੈ ਨਾ ਉਹ ਜੀ ਜੰਮੀ ਸੀ ਆਪਣਾ ਲਾਹੌਰ ਦੇ ਇਲਾਕੇ ਨਿਆਜ਼ ਬੇਗ ਪਿੰਡ ਵਿੱਚ ਹੁਣ ਤੇ ਠੋਕਰ ਨਿਆਜ਼ ਬੇਗ ਆਖਿਆ ਜਾਂਦਾ ਨਾ ਉਹ ਕੀ ਆਂਦੇ ਨੇ ਕਿ ਉਹ ਸਟਾਫ ਜੀ ਨਾਲ ਰਲ ਗਿਆ ਠੋਕਰ ਹੈ ਨਹੀਂ ਤੇ ਨਿਆਜ਼ ਪਿੰਡ ਚ ਦਾ ਜਨਮ ਹੁੰਦਾ ਜਿੱਥੋਂ ਇਹ ਆ ਜਾਂਦੀ ਆਪਣਾ ਲਾਹੌਰ ਹੀਰਾ ਮੰਡੀ ਆ ਕੇ ਪ੍ਰੋਗਰਾਮ ਕਰਦੀ ਹੁੰਦੀ ਸੀ ਗਾਂਦੀ ਸੀ ਨਾਲੇ ਇਹਦਾ ਨਾਮ ਹੀ ਇਸੇ ਵਜ੍ਹਾ ਤੋਂ ਮਸ਼ੀਨ ਪਿਆ ਨਾ ਉਹ ਦੌਰ ਸੀ ਕਿ ਉਹ ਰਿਕਾਰਡ ਉਹ ਜਿਹੜੇ ਮਸ਼ੀਨ ਉਹ ਤਵੇਆਂ ਵਾਲੀ ਉਹ ਜਿਹੜੀ ਮਸ਼ੀਨ ਦੇ ਉੱਤੇ ਤਵੇ ਚੱਲਦੇ ਸੀ ਨਾ ਉਹਨੂੰ ਮਸ਼ੀਨ ਕਹਿੰਦੇ ਸੀ ਉਹ ਲੋਕੀ ਸਮਝਦੇ ਕਿ ਇਹ ਦੀ ਜਿਵੇਂ ਉਹ ਮਸ਼ੀਨ ਦੀ ਆਵਾਜ਼ ਨਿਕਲਦੀ ਹੈ ਨਾ ਇਸੇ ਤਰ੍ਹਾਂ ਇਹ ਗਾਂਦੀ ਹੈ ਜਿਹੜੀ ਬਾਹਰ ਹੋਏ ਬਾਹਰੋ ਕੰਜਰੀ ਇਸ ਵਾਸਤੇ ਇਹਦਾ ਨਾਮ ਬਾਹਰੋ ਕੰਜਰੀ ਦੀ ਬਜਾਏ ਬਾਹਰੋ ਮਸ਼ੀਨ ਪੈ ਗਿਆ ਸੀ ਹੁਣ ਇਹ ਆਪਣੇ ਪਿੰਡ ਜਾਂਦੀ ਆਉਂਦੀ ਰਹਿੰਦੀ ਸੀ ਅਕਸਰ ਤੇ ਇਹ ਕੋਠਾ ਤੇ ਨੇ ਸਜਾਇਆ ਸੀ ਨਾ ਇੱਥੇ ਲਾਹੌਰ ਹੀਰਾ ਮੰਡੀ ਵਿੱਚ ਲੇਕਿਨ ਇਹ ਗਾਹੇ ਬਗਾਹੇ 15 20 ਦਿਨਾਂ ਤੀਕਰ ਆਪਣੇ ਪਿੰਡ ਨਿਆਜ਼ ਬੇਗ ਪਿੰਡ ਵਿੱਚ ਵੀ ਇਹਦਾ ਜਾਣਣ ਲੱਗਾ ਰਹਿੰਦਾ ਸੀ ਤੇ ਜਦੋਂ ਇਹ ਜਾਂਦੀ ਸੀ ਨਾ ਤੇ ਪੂਰੇ ਰੋਪ ਤੇ ਜਨਾਬ ਅਲੀ ਜਿਵੇਂ ਕੋਈ ਚੌਧਰੀ ਨੇ ਇਲਾਕੇ ਦਾ ਆ ਜਾਂਦਾ ਤੇ ਲੋਕੀ ਪੂਰੇ ਪਿੰਡ ਵਾਲੇ ਕੋਲਾ ਕੇ ਬੈਂਦੇ ਗੱਲਾਂ ਸੁਣਦੇ ਹਾਂ ਜੀ ਹੋਰ ਸੁਣਾਓ ਚੌਰੀ ਸਾਹਿਬ ਉਹ ਇਲਾਕਾ ਕਿਸ ਤਰ੍ਹਾਂ ਸੇਮ ਇਹੋ ਕੁਝ ਬਾਰੋ ਕੰਜਰੀ ਜਿਹੜੀ ਹੈ ਜਦੋਂ ਆਪਣੇ ਪਿੰਡ ਜਾਂਦੀ ਸੀ ਪੂਰੇ ਪਿੰਡ ਦੇ ਲੋਕ ਆ ਜਾਂਦੇ ਹੁੰਦੇ ਸੀ ਇਹਨੂੰ ਆਲਾਤ ਵਾਲਾ ਮੰਜੇ ਢਾ ਕੇ ਦੇ ਨੇ ਰੰਗੀਲ ਪਾਵਿਆਂ ਵਾਲੇ ਤੇ ਨਾਲੇ ਗੱਲਾਂ ਬਾਤਾਂ ਕਰਨੀਆਂ ਹੈ ਜੀ ਇਦੀ ਵਜ੍ਹਾ ਇਹ ਵੇ ਕਿ ਉਹ ਬਾਰੋ ਕੰਜਰੀ ਆਪਣੇ ਪਿੰਡ ਦੇ ਮਾੜਿਆਂ ਲਿਸਿਆਂ ਲੋਕਾਂ ਦੇ ਹੱਥ ਬੜਾ ਧਰਦੀ ਹੁੰਦੀ ਸੀ। ਬਹੁਤ ਸੇਵਾ ਕਰਦੀ ਸੀ ਲੋਕਾਂ ਦੀ ਆਪਣੇ ਪਿੰਡ ਦੇ ਲੋਕਾਂ ਦੇ ਪੈਸੇ ਖਰਚ ਕਰਨੇ ਗਰੀਬਾਂ ਧੀਆਂ ਪੈਣਾ ਦੀਆਂ ਜਿਹੜੇ ਨੇ ਉਹ ਬੱਚੀਆਂ ਵਿਆਹ ਛੜਨੀ ਆ। ਇਹ ਕੰਮ ਬੜਾ ਕਰਦੀ ਸੀ। ਇੱਕ ਵਾਰੀ ਕੀ ਹੁੰਦਾ ਕਿ ਪਿੰਡ ਪੁੜੀ ਸੀ ਤੇ ਉਸ ਵੇਲੇ ਜਾਣੇ ਜਿਹੜੇ ਨੇ ਨਿਕੇ ਨਿਕੇ ਹੁਣ ਸਿੱਕੇਦਾਰ ਵੀ ਉਹਨਾਂ ਬੱਚਿਆਂ ਦੇ ਵਿੱਚ ਸ਼ਾਮਲ ਸਾਂ। ਉਹ ਬੱਚੇ ਨਿਕੇ ਨਿਕੇ ਖੇਡਣ ਡੇਨ ਤੇ ਬਾਰੋ ਮੰਜੀ ਕੰਜਰੀ ਜਿਹੜੀ ਹੈ ਨਾ ਬਾਰੋ ਮਸ਼ੀਨ ਉਹ ਬੈਠੀ ਹੈ ਮੰਜੀ ਦੇ ਉੱਤੇ। ਤਾਂ ਪੁੱਛਦੇ ਇਹ ਪਈ ਕਿ ਆ ਜਿਹੜਾ ਬਾਲਕ ਇਹਨਾਂ ਦਾ ਐ ਜਾਣਾ ਕਿਨਾਂ ਦਾ ਐ ਜਾਣੇ ਦਾ ਕੀ ਨਾਮ ਹੈ ਉਹਨਾਂ ਨੇ ਉਹਨਾਂ ਵਿੱਚ ਸਿੱਕੇਦਾਰ ਵੀ ਖਲੋਤਾ ਉਹਦੀ ਆ ਜਿਹੜੀ ਯੋ ਜਿਵੇਂ ਆਂਦੇ ਹੁੰਦੇ ਨੇ ਕਿ ਸ਼ਲਵਾਰਾਂ ਉਹ ਤੋਂ ਕਦੋਂ ਹੁੰਦੀਆਂ ਸੀ ਤੰਬੀਆਂ ਤੇ ਬਹੁਤੇ ਬੱਚੇ ਜਿਹੜੇ ਨੇ ਉਹ ਨੰਗਤਰੰਗੀ ਜਵਾਨ ਹੋ ਜਣੇ ਕਈਆਂ ਨੇ ਵੱਡੀਆਂ-ਵੱਡੀਆਂ ਕਮੀਜ਼ਾਂ ਸਵਾਈਆਂ ਹੁੰਦੀਆਂ ਸੀ ਉਹ ਤੰਬੀ ਦਾ ਕੰਮ ਵੀ ਦਿੰਦੀਆਂ ਸੀ ਇਹਦੀ ਜਿਹੜੀ ਆ ਜਿਹੜੇ ਕਮੀਜ਼ ਸਿੱਕੇਦਾਰ ਦੀ ਇਹ ਪਾਰਟੀ ਸੀ ਸਾਰੀ ਇੱਕ ਪਾਸੇ ਲਮਕਣ ਦੀ ਸੀ ਇਹਨੂੰ ਸਦਿਆ ਇਹਦਾ ਕੀ ਨਾਮ ਹੈ ਕੋਣ ਹੈ ਉਹਨੇ ਪੁੱਛਿਆ ਜਦੋਂ ਦੱਸਿਆ ਨਾ ਕੋਈ 6-7 ਸਾਲ ਦਾ ਸੀ ਉਹਦਾ ਸਿੱਕੇਦਾਰ ਉਹਨੇ ਪੁੱਛਿਆ ਨਾ ਜਦੋਂ ਬਾਹਰੋਂ ਮਸ਼ੀਨ ਨੇ ਕਿ ਤੇਰਾ ਕੀ ਨਾਮ ਪੁੱਤਰ ਉਹਨੇ ਦੱਸਿਆ ਜੀ ਕਿ ਮੇਰਾ ਨਾਮ ਰਹੀਮ ਖਾਨ ਹੈ ਇਹਨਾਂ ਦਾ ਨਾਮ ਹੀ ਅਬਦੁਲ ਰਹੀਮ ਖਾਨ ਸੀ ਹਾਂ ਜੀ ਉਹਨੇ ਕਿ ਤੇਰਾ ਖਾਂ ਤੂੰ ਖਾਨ ਕਿਥੋਂ ਲਾਗਣਾ ਤੂੰ ਖਾਂ ਕਿਵੇਂ ਨਾਮ ਰੱਖ ਲਿਆ ਜੀ ਉਹਨਾਂ ਕਹੇ ਤੁਹਾਡੇ ਆਸਰਾ ਪਿਛਲੇ ਇਹ ਉਹ ਯਾਨੀ ਕਿ ਉਹ ਗਰੀਬ ਘਰਾਂ ਦੇ ਦਾ ਸੀ ਨਾ ਬੱਚਾ ਚਲੋ ਖੈਰ ਉਹ ਮਜ਼ਾਕ ਵਿੱਚ ਪੈ ਗਈ ਉਹਨੂੰ ਬੱਚੇ ਨੂੰ ਜਿਹੜਾ ਹੈ ਨਾ ਕੋਲ ਉਹ ਜਿਹੜਾ ਸੀ ਨਾ ਆਪਣਾ ਚਾਚਾ ਇਹਦਾ ਸਿੱਕੇਦਾਰ ਦਾ ਫਮਾ ਗਾਲਬਨ ਉਹਨਾਂ ਦੱਸਿਆ ਫਮਾ ਉਹਦਾ ਉਹ ਨਾ ਸੀ ਪੁੱਠਾ ਤੇ ਉਹਨੇ ਆਖਿਆ ਜੀ ਇਹ ਯਤੀਮ ਹੈ ਤੇ ਚਲੋ ਨਾ ਇਹਦਾ ਦਿਲ ਨਾ ਤੋੜੋ ਤੁਸੀਂ ਉਹਨੇ ਕਹਚਾ ਉਹ ਸਿੱਕੇਦਾਰ ਦੇ ਚਾਚੇ ਨੇ ਨਾ ਇਹਦੀ ਕੰਜਰੀ ਦੀ ਘਰ ਜਿਹੜੀ ਨਾ ਖਾਣਾ ਵਾਣਾ ਬਣਾ ਤੇ ਦਾਵਤ ਜਿਵੇਂ ਕਰ ਲਈ ਚਲੋ ਘਰ ਉਹਨੇ ਰੋਟੀ ਛੋਟੀ ਖਾਧੀ ਜਾ ਕੇ ਬਾਹਰ ਉਹਨੇ ਤੇ ਉਹ ਉਸ ਵੇਲੇ ਸੇਕੇਦਾਰ ਵੀ ਹੋਤੇ ਉਹਨੇ ਕਿਹਾ ਜੀ ਉਹ ਯਤਿਮ ਹੈ ਤੇ ਤੁਸੀਂ ਉਹਦਾ ਦਿਲ ਨਾ ਤੋੜੋ ਬੱਚਾ ਨਰਾਜ਼ ਹੋਣਾ ਸਦਾ ਪਿਆਰ ਕੀਤਾ ਉਹਨੇ ਕਿਹਾ ਮੈਂ ਇਸ ਬੱਚੇ ਨੂੰ ਆਪਣੇ ਕੋਲ ਨਾ ਲੈ ਜਾਏ ਨੂੰ ਜਾ ਕੇ ਮੈਂ ਪਾਲਾਂ ਮੈਂ ਜਵਾਨ ਕਰਾਂ ਚਲੋ ਖਾਏ ਪੀਏਗਾ ਮੇਰੇ ਕੋਲ ਜਵਾਨ ਹੋ ਜਾਏਗਾ ਇੱਥੇ ਰੁੱਲਦਾ ਖੁੱਲਦਾ ਪਿਆ ਉਹਨਾਂ ਆਖਿਆ ਜੀ ਇਹਦੀ ਮਾਂ ਨੂੰ ਪੁੱਛਣਾ ਪਏਗਾ ਉਹਨੇ ਕਿਹਾ ਚਲੋ ਪੁੱਛ ਲਵੋ ਪੁੱਛਿਆ ਨਾ ਤੇ ਉਹ ਉਹਦੀ والدہ ਜਿਹੜੀ ਹੋ ਮੰਨ ਗਈ ਸੇਕੇਦਾਰ ਦੀ ਉਹਨੇ ਕਿਹਾ ਠੀਕ ਹੈ ਜੀ ਫਿਰ ਲਾਜੋ ਤੁਸੀਂ ਇਹਨੂੰ ਤੇ ਮਲਾਂਦੇ ਰਹੇ ਜਦੋਂ ਆਓ ਕਰੋਗੇ ਨਾਲ ਲਾਇਓ ਕਰੋਗੇ ਠੀਕ ਹੈ ਜੀ ਇਸ ਤਰ੍ਹਾਂ ਸਿੱਕੇਦਾਰ ਅਦਰਹੀਮ ਜਿਹੜਾ ਨਾ ਸਿੱਕੇਦਾਰ ਇਹ ਬਾਹਰੋਂ ਮਸ਼ੀਨ ਦੇ ਕੋਠੇ ਤੇ ਲਾਹੌਰ ਹੀਰਾ ਮੰਡੀ ਤੇ ਪਲਕੇ ਤੇ ਜਵਾਨ ਹੁੰਦਾ ਜਿਨ੍ਹਾਂ ਨੇ ਫਿਰ ਤੁਹਾਨੂੰ ਪਤਾ ਅੱਗੇ ਚੱਲ ਕੇ ਬੜੀਆਂ-ਬੜੀਆਂ ਫਿਲਮਾਂ ਲਿਖੀਆਂ ਜਬਰੂ ਮਲੰਗੀ ਬੇਤਹਾਸ਼ਾ ਉਸ ਬੰਦੇ ਨੇ ਤੇ ਫਿਰ ਜਿਹੜੀਆਂ-ਜਿਹੜੀਆਂ ਉਸ ਬੰਦੇ ਨੇ ਫਿਲਮਾਂ ਲਿਖੀਆਂ ਨੇ ਵਾਕਿਆ ਸਿੱਕਾ ਬੰਨ ਦਿੱਤਾ ਸੀ ਇਸੇ ਤਰ੍ਹਾਂ ਉਹਨਾਂ ਦਾ ਨਾਂ ਵੀ ਸਿੱਕੇਦਾਰ ਤਾਂ ਆ ਹੀ ਪਿਆ ਸੀ ਇਹ ਸੁਣ ਲਓ ਕਿਵੇਂ ਨਾ ਪਿਆਓ ਕਿ ਜੱਬਰੂ ਫਿਲਮ ਪਹਿਲੀ ਇਹਨਾਂ ਨੇ ਲਿਖੀ ਤੇ ਫਿਲਮ ਲੈ ਕੇ ਤੇ ਉਸ ਵੇਲੇ ਬੰਬੇ ਟੁਰ ਗਏ ਪਿੱਛੇ ਜਦੋਂ ਆਏ ਤੇ ਉਹ ਫਿਲਮ ਜਿਹੜੀ ਉਹ ਸੁਪਰ ਹਿੱਟ ਹੋ ਗਈ ਤੇ ਜਦੋਂ ਇਹਨਾਂ ਦੇ ਵਿੱਚ ਉਹ ਟਾਈਟਲ ਲਿਖਣ ਦੀ ਵਾਰੀ ਆਏ ਤੇ ਕਿਸੇ ਨੇ ਆਖਿਆ ਯਾਰ ਪ੍ਰੋਡੂਸਰਾਂ ਕੋਲ ਕਿ ਰਾਈਟਰ ਕੌਣ ਹੈ ਤੇ ਇਹਨਾਂ ਦੀ ਇੱਕ ਇੱਕ ਤਕੀਆ ਕਲਾਮ ਹੁੰਦਾ ਇਹ ਕਿ ਇਹ ਕੰਮ ਜਿਹੜਾ ਇਹਨਾਂ ਸਿੱਕਾ ਬੰਦ ਕੰਮ ਹੈ ਉਹ ਕਿਸੇ ਨੇ ਸਿੱਕਾਦਾਰ ਉਹ ਸਿੱਕੇਦਾਰ ਉਹਨਾਂ ਦਾ ਨਾਂ ਫਿਲਮ ਰਾਈਟਰ ਵਿੱਚ ਲਖਵਾਇਆ ਤੇ ਜਿੱਥੋਂ ਫਿਰ ਇਹ ਨਾਂ ਚੱਲ ਗਿਆ ਤੇ ਵਾਕਈ ਕਾਮਯਾਬੀ ਦੀ ਜ਼ਮਾਨਾ ਸਮਝਿਆ ਜਾਂਦਾ ਸੀ ਇਹਨਾਂ ਦਾ ਹੋਣ ਸੋਣਿਓ ਬਾਹਰੋ ਮਸ਼ੀਨ ਜਿਹੜੀ ਹੈ ਨਾ ਕਿ ਜਦੋਂ ਫੌਤ ਹੋ ਜਾਂਦੀ ਹੈ ਤੇ ਸਿੱਕੇਦਾਰ ਵੀ ਬਾਦੋਂ ਫਿਰ ਬਾਅਦ ਵਿੱਚ ਉਹ ਤੇ ਮਰਨ ਤੋਂ ਬਾਅਦ ਫਿਰ ਜਾ ਕੇ ਜਿਹੜਾ ਨਾ ਇਹ ਫਿਲਮ ਇੰਡਸਟਰੀ ਸਟਾਰ ਬਣ ਗਿਆ ਹੈ ਜੀ ਐਕਟਰ ਵੀ ਬਣ ਗਿਆ ਤੇ ਰਾਈਟਰ ਵੀ ਬਣ ਗਿਆ ਬਾਹਰੋ ਮਸ਼ੀਨ ਦੇ ਮਰਨ ਤੋਂ ਬਾਅਦ ਨਾ ਕੀ ਹੁੰਦਾ ਕਿ ਇਹਨੂੰ ਦਫਨਾ ਦਿੱਤਾ ਜਾਂਦਾ ਹੈ ਦਫਨਾਣ ਤੋਂ ਬਾਅਦ ਨਾ ਕੋਈ ਚੇਰ ਲੰਘਦੇ ਨੇ ਤੇ ਇੱਕ ਬੰਦਾ ਜਿਹੜਾ ਨਾ ਉਹ ਕਬਰਸਤਾਨ ਦੁਆ ਮੰਗਣ ਵਾਸਤੇ ਆਇਆ ਹੁੰਦਾ ਜਦੋਂ ਇਸ ਕਬਰ ਦੇ ਕੋਲ ਬਾਹਰੋ ਮਸ਼ੀਨ ਦੀ ਕਬਰ ਦੇ ਕੋਲੋਂ ਲੰਘਦਾ ਹੈ ਨਾ ਉਹਨੂੰ ਵਸਣਾ ਜਿਵੇਂ ਕਿ ਖਸ਼ਬੋਵਾਂ ਦੇ ਵਾਫ ਰੋਲੇ ਜਿਵੇਂ ਉੱਠਦੇ ਜਿਵੇਂ ਪੁੱਲੇ ਉੱਠਣ ਦੇ ਨੇ ਕਸ਼ਬੋਵਾਂ ਦੇ ਉਹ ਬੜਾ ਹੈਰਾਨ ਹੁੰਦਾ ਕਿ ਕਬਰ ਤੇ ਪੁਰਾਣੀ ਲਾਪਣ ਡਈਏ ਕੋ ਨਵੇਂ ਇਹਦੇ ਤੇ ਕੋਈ ਅਤਰਸ਼ਾ ਤਰ ਵੀ ਨਹੀਂ ਸੁੱਟੀ ਕੋ ਗੁਲਾਬ ਦੀਆਂ ਪੱਤੀਆਂ ਨਹੀਂ ਸੁੱਟੀਆਂ ਪੁਰਾਣੀ ਕਬਰ ਹੈ ਉਹ ਬੜਾ ਹੈਰਾਨ ਹੁੰਦਾ ਤੇ ਪਰੇਸ਼ਾਨ ਉਹ ਗੋਰਖਾ ਨੂੰ ਸਾਦਾ ਜਿਹਾ ਕਬਰਾਂ ਕੱਢਦਾ ਨਾ ਤੇ ਬਾਬਾ ਉਹਨੂੰ ਆਂਦਾ ਯਾਰ ਹੈ ਕਬਰ ਕੀ ਦੀ ਉਹ ਵੀ ਹੈਰਾਨ ਹੁੰਦਾ ਕਿ ਖਸ਼ਬੂਆਂ ਹੁੰਡੀਆਂ ਉਹ ਕਹਿੰਦਾ ਯਾਰ ਮੈਨੂੰ ਨਾਂ ਤੇ ਯਾਦ ਨਹੀਂ ਸਾਨੂੰ ਤੇ ਕੋਈ ਕਹਿੰਦਾ ਤੁਸੀਂ ਕਬਰਾਂ ਕੱਢ ਦਿੰਨੇ ਆ ਪਰ ਇੱਕ ਚੀਜ਼ ਇਹ ਕਿ ਇਹ ਜਨਾਜ਼ਾ ਲਾਹੌਰ ਹੀਰਾ ਮੰਡੀ ਵਿੱਚੋਂ ਆਇਆ ਸੀ ਚਲੋ خیر ਉਹ ਬੰਦਾ ਜਿਹੜਾ ਨਾ ਕਿਉਂਕਿ ਉਹ ਜਦੋਂ ਦਿਲ ਚ ਗੰਦੇ ਬੰਦੇ ਤੇ ਗੱਲ ਪੈ ਜਾਂਦੀ ਉਦੋਂ ਫਿਰ ਹੀਰਾ ਮੰਡੀ ਦੀ ਗੱਲ ਆ ਗਈ ਜਿਹੜਾ ਕਿ ਹਰ ਬੰਦੇ ਦੀ ਨਜ਼ਰ ਵਿੱਚ ਉਹ ਪੈੜੀ ਥਾਂ ਹੈ ਉਹ ਬੰਦਾ ਪਰਚੋਲ ਕਰਨੀ ਸ਼ੁਰੂ ਕਰ ਦਿੰਦਾ ਪਤਾ ਲੱਗਦਾ ਜਾ ਕੇ ਜੀ ਕਿ ਇਹ ਕਬਰ ਕੰਜਰੀ ਪਹਾੜੋ ਮਸ਼ੀਨ ਦੀ ਉਹ ਜਦੋਂ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ ਤੂੰ ਬੰਦਾ ਕਹਿੰਦਾ ਯਾਰ ਕਿ ਇਹਦਾ ਹੁਣ ਪਤਾ ਕਰੋ ਇਹਦਾ ਪਿੰਡ ਕਿਹੜਾ ਖੈਰ ਉਹ ਨਿਆਜ਼ਪੁਰ ਪਏ ਜਿਹੜਾ ਨਿਆਜ਼ ਬੇਗ ਪਿੰਡ ਉੱਥੇ ਟੋੜੀ ਜਾਂਦਾ ਉੱਥੇ ਜਾ ਕੇ ਪਤਾ ਕਰ ਲੈ ਉੱਥੇ ਜਾ ਕੇ ਪਤਾ ਲੱਗਦਾ ਜੀ ਕਿ ਇਹ ਕੰਜਰੀ ਕੋਠਾ ਜ਼ਰੂਰ ਸਜਾਂਦੀ ਸੀ ਉਹ ਦੌਰ ਸੋਹਣਿਓ ਅਜੇਆ ਸੀ ਕਿ ਜਿਹੜੇ ਤੇ ਸਿਰਫ ਤਮਾਸ਼ੀ ਬੀਨੀ ਹੁੰਦੀ ਸੀ ਗਾਣੇ-ਵਾਣੇ ਕੰਜਰੀਆਂ ਕੋਲ ਸੁਣੇ ਜਾਂਦੇ ਸੀ ਉਹਨਾਂ ਦਾ ਨਾਚ ਗਾਣਾ ਉਹ ਦੂਜਾ ਕੰਮ ਜਿਹੜਾ ਤੁਸੀਂ ਸਮਝਦੇ ਹੋ ਉਹ ਉਸ ਵੇਲੇ ਤਾਂ ਉਹ ਰਿਵਾਜ ਨਹੀਂ ਸੀ ਆ ਇਹ ਤਾਂ ਬਾਦੋਂ ਫਿਰ ਰਿਵਾਜ ਪਿਆ ਹੈ ਨਾ ਕਿ ਹੀਰਾ ਮੰਡੀ ਚਾਹ ਦੋ ਨੰਬਰ ਕੰਮ ਚੱਲਦਾ ਉਹ ਪਿੰਡੋਂ ਜਾ ਕੇ ਪਤਾ ਲੱਗਦਾ ਹੈ ਇਹ ਜਿਹੜੀ ਬੀਬੀ ਸੀ ਨਾ ਬਾਹਰੋਂ ਮਸ਼ੀਨ ਇਹ ਜਦੋਂ ਵੀ ਪਿੰਡ ਆਉਂਦੀ ਸੀ ਤੇ ਮਾੜਿਆਂ ਲੋਕਾਂ ਦੇ ਲੋਕਾਂ ਦੀਆਂ ਗਰੀਬਾਂ ਦੀਆਂ ਧੀਆਂ ਨੂੰ ਦਾਜ ਦੇਣੇ ਨੇ ਯਾਨੀ ਕਿ ਜੋ ਕਮਾਂਦੀ ਸੀ ਨਾ ਇਹਦੀ ਸਾਰੀ ਜ਼ਿੰਦਗੀ ਕਿਉਂਕਿ ਆਪਣੀ ਤਾਂ ਔਲਾਦ ਹੈ ਕੋਈ ਨਹੀਂ ਸੀ ਕੁਝ ਵੀ ਨਹੀਂ ਸੀ ਉਹ ਕੀ ਜਾਂਦੇ ਹੁੰਦੇ ਨੇ ਇੱਕ ਮਿਸਾਲ ਬਣੀ ਹੈ ਨਾ ਕੋ ਅੱਗੇ ਗਾਉਣ ਵਾਲਾ ਤੇ ਨਾ ਕੋ ਪਿੱਛੇ ਰੋਣ ਵਾਲਾ ਲੇਕਿਨ ਇਸ ਬੀਬੀ ਨੂੰ ਰੋਣ ਵਾਲੇ ਪਿੱਛੇ ਹੈ ਸੀ ਭਾਵੇਂ ਆਪਣੀ ਸੱਕੀ ਔਲਾਦ ਕੋਈ ਨਹੀਂ ਸੀ ਇਹਦੀ ਲੇਕਿਨ ਕਿਉਂਕਿ ਇਹਨੇ ਲੋਕਾਂ ਦੇ ਨਾਲ ਭਲਾ ਕੀਤਾ ਲੋਕਾਂ ਦੀਆਂ ਜ਼ਰੂਰੀਆਂ ਤੇ ਜ਼ਿੰਦਗੀ ਜਿਹੜੀਆਂ ਨੇ ਉਹ ਇਹਨੇ ਪੂਰੀਆਂ ਕਰ ਦਿੱਤੀ ਰਹੀ ਉਹਨਾਂ ਦੇ ਕੰਮ ਆਉਂਦੇ ਰਹੀ ਤੇ ਇਹ ਜਿਹੜਾ ਰੱਬ ਦੇ ਰੱਬ ਦੀ ਮਖਲੂਕ ਦੇ ਕੰਮ ਆਉਣਾ ਹੈ ਨਾ ਉਹਨਾਂ ਵਾਸਤੇ ਆਸਾਨੀਆਂ ਪੈਦਾ ਕਰਨਾ ਹੈ ਇਹ ਮੇਰੇ ਰੱਬ ਸੋਨੇ ਦੀ ਸੁਨਤ ਹੈ ਤੇ ਸੋਣੀਓ ਮੇਰੇ ਰੱਬ ਸੋਨੇ ਦੀਆਂ ਦੋ ਸੋਣੀਆਂ ਸੁਨਤਾਂ ਨੇ ਇੱਕ ਆਪਣੇ ਹਬੀਬ ਸੱਲੱਲਾਹੁ ਅਲੈਹਿ ਵਸੱਲਮ ਤੇ ਦਰੂਦ ਸਲਾਮ ਭੇਜਣਾ ਕੁਰਾਨ ਦੀ ਆਇਤ ਵੀ ਹੈ ਨਾ ਕਿ ਮੈਂ ਤੇ ਮੇਰੇ ਫਰਿਸ਼ਤੇ ਸਾਰੇ نبی ਆਖਰ ਜ਼ਮਾਨੇ ਤੇ ਦਰूद ਭੇਜਨੇ ਹੈ اے ایمان ਵਾਲੇ ਤੁਸੀਂ ਵੀ ਉਹਨਾਂ ਤੇ ਦਰूद ਭੇਜੋ ਤੇ ਖੂਬ ਸਲਾਮ ਭੇਜੋ ਤੇ ਦੂਸਰੀ ਜਿਹੜੀ ਸੁਨਤ ਹੈ ਰੱਬ ਸੋਹਣੇ ਦੀ ਉਹ ਇਹ ਵੇ ਕਿ ਉਹ ਆਪਣੀ مخلوਕ ਤੇ ਰਹਿਮਤਾਂ ਕਰਦਾ ਰਹਿੰਦਾ ਉਹਨਾਂ ਵਾਸਤੇ ਆਸਾਨੀਆਂ ਪੈਦਾ ਕਰਦਾ ਰਹਿੰਦਾ ਉਹਨਾਂ ਤੇ شفقت ਫਰਮਾਉਂਦਾ ਰਹਿੰਦਾ ਤੇ ਜਿਹੜਾ ਰੱਬ ਸੋਹਣੇ ਦੀਆਂ ਸੁਨਤਾਂ ਤੇ ਅਮਲ ਕਰਦਾ ਨਾ ਫਿਰ ਰੱਬ ਸੋਹਣਾ ਕਿਉਂ ਨਾ ਦੁਨੀਆ ਤੇ ਰਹਿੰਦਿਆਂ ਵੀ ਤੇ ਉਹਦੇ ਮਰਨ ਦੇ ਬਾਅਦ ਵੀ ਉਹਦੀ ਇੱਕ ਜ਼ਿੰਦਗੀ ਨੂੰ ਸਮਝੋ ਕਿ ਜੰਨਤ ਬਣਾ ਦਿੰਦਾ ਤਾਂ ਇਹਦੀ ਫਿਰ ਉਹਦੀ ਕਬਰ ਚੋਂ ਖੁਸ਼ਬੋਵਾਂ ਦੇ ਹੱਲੇ ਉੱਠਦੇ ਸੀ ਰੱਬ ਸੁਣੇ ਨੇ ਨਿਸ਼ਾਨੀ ਵਿਖਾਈ ਹੈ ਨਾ ਅੱਲਾਹ ਪਾਕ ਨਿਸ਼ਾਨੀਆਂ ਦੁਨੀਆ ਨੂੰ ਵਿਖਾਂਦਾ ਰਹਿੰਦਾ ਹੈ ਲੇਕਿਨ ਦੁਨੀਆ ਵਾਲੇ ਫਿਰ ਵੀ ਨਾ ਜਾਣਨ ਤੇ ਫਿਰ ਕਮ ਬਖਤੀ ਹੈ ਨਾ ਇਸ ਵਾਸਤੇ ਉਹ ਬੀਬੀ ਲੋਕਾਂ ਦੇ ਕੰਮ ਆਉਂਦੀ ਰਹੀਏ ਤੇ ਸਾਰੀ ਜ਼ਿੰਦਗੀ ਉਹਨੇ ਕੋਈ ਜਿਸਮ ਦੇ ਧੰਦੇ ਨਹੀਂ ਕੀਤੇ ਉਹ ਆਪਣੇ ਆਪ ਨੂੰ ਮੰਨਿਆ ਭਾਵੇਂ ਉਹ ਗਾਂਦੀ ਸੀ ਨੱਚਦੀ ਸੀ ਲੈਕਿਨ ਉਹਨੇ ਜੋ ਪੈਸਾ ਕਮਾਇਆ ਨਾ ਰੱਬ ਦੀ ਜਿਹੜਾ ਕੋ ਮਾੜਾ ਵੇਖਿਆ ਕਿਸੇ ਦੇ ਦੁੱਖ ਦਰਦ ਸੁਣਨੇ ਨੇ ਰੋ ਪੈਣਾ ਉਹਨਾਂ ਤੇ ਖਰਚ ਕਰ ਜਾ। ਤੇ ਫੇਰ ਮੇਰਾ ਰੱਬ ਸੋਣਾ ਕਿਉਂ ਕਰਮ ਨਵਾਜ਼ੀਆਂ ਨਾ ਕਰਦਾ ਹੁੰਦਾ। ਇੱਕ ਬਹੁਤ ਵੱਡਾ ਸਬਕ। ਬਹੁਤ ਵੱਡਾ ਸਬਕ ਹੈ ਅਗਰ ਜੀ ਅਸੀਂ ਜਾਣੀਏ ਤੇ ਦਿੰਦਿਆਂ ਨੂੰ ਰੱਬ ਸੋਣਾ ਦਿੰਦਾ। ਤੇ ਅੱਲਾ ਪਾਕ ਜੀ ਉਹਨਾਂ ਦੇ ਅਗਲੇ ਜਹਾਨ ਸਵਾਰੇ ਮਾਲਕ ਉਹਨਾਂ ਦੀਆਂ ਕਬਰਾਂ ਤੇ ਕਰੋੜਾਂ ਰਹਿਮਤਾਂ ਦੀਆਂ ਵਰਖਾਂ نازਲ ਫਰਮਾਈ ਇਸ ਕਹਾਣੀ ਨੂੰ ਸਾਡੇ ਤੱਕ ਪਹੁੰਚਾਇਆ ਜੀ ਪਾਕਿਸਤਾਨ ਦੇ ਬਹੁਤ ਵੱਡੇ ਰਾਈਟਰ ਕਿਤਾਬਾਂ ਲਿਖੀਆਂ ਉਹਨਾਂ ਨੇ ਫਿਲਮਾਂ ਵੀ ਲਿਖੀਆਂ ਉਹਨਾਂ ਦਾ ਨਾਮ ਜੀ ਰਾਣਾ ਜ਼ਾਹਿਦ ਸਾਹਿਬ ਬਹੁਤ ਪਿਆਰੇ ਸਾਡੇ ਮਿੱਤਰ ਨੇ ਅੱਲਾਹ ਪਾਕ ਉਹਨਾਂ ਨੂੰ ਸਲਾਮਤ ਰੱਖੇ ਜਿਉਂਦੇ ਵਾਸਤੇ ਰਹਿਣ ਇਹ ਪੂਰੀ ਵੀਡੀਓ ਦਾ ਕ੍ਰੈਡਿਟ ਉਹਨਾਂ ਦੇ ਸਿਰ ਜਾਂਦਾ ਜੀ ਉਹਨਾਂ ਨੇ ਕਹਾਣੀ ਸਾਡੇ ਨੂੰ ਦਿੱਤੀ ਹੈ ਤੇ ਮੈਂ ਜ਼ਾਤੀ ਤੌਰ ਤੇ ਬਹੁਤ ਜ਼ਿਆਦਾ ਖੁਸ਼ ਹੋਇਆ ਹਾਂ ਕਿਉਂਕਿ ਇਹ ਇੱਕ ਸਬਕ ਸਬਕਮੁਜ਼ ਕਹਾਣੀ ਹੈ ਹੈ ਸੱਚੀ ਇਹ ਨਾ ਕਹੋ ਕਿ ਝੂਠ ਕੋਈ ਆਪਣੇ ਕੋਲੋਂ ਬਿਆਨ ਕੀਤਾ ਨਹੀਂ ਹੈ ਸੱਚੇ ਲੇਕਿਨ ਇਹਦੇ ਵਿੱਚ ਸਬਕ ਬਹੁਤ ਵੱਡਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਸਮਝਦੇ ਹੋ ਕਿ ਉਹ ਮਾੜੇ ਨੇ ਲੁੱਚੇ ਨੇ ਗੰਦੇ ਨੇ ਪਤਾ ਨਹੀਂ ਕੀ ਕੀ ਕਰਦੇ ਨੇ ਅਸੀਂ ساری ਜ਼ਿੰਦਗੀ ਵੇਖ ਕੇ ਉਹਨਾਂ ਤੇ ਫਤਵੇ ਲਾ ਦਿੰਨੇ ਆਂ ਅ ਜਹੰਮ ਚ ਸੁੱਟ ਦਿੰਨੇ ਆਂ ਅਸੀਂ ਲੇਕਿਨ ਉਹਨਾਂ ਦੀ ਪੁਛੀਦਾ ਜ਼ਿੰਦਗੀ ਪਤਾ ਨਹੀਂ ਕਿਹੋ ਜੀ ਹੁੰਦੀ ਹੈ ਕਦੀ ਵੀ ਕਿਸੇ ਨੂੰ ਬੇ ਨਮਾਜ਼ੀ ਵੇਖ ਕੇ ਬੇ ਅਮਲ ਵੇਖ ਕੇ ਉਹਨੂੰ ਉਹਨੂੰ ਫਿਰ ਵੀ ਤੁਸੀਂ ਦੋਜ਼ਖ ਵਿੱਚ ਨਾ ਸੁੱਟੋ ਨਾ ਫਤਵਾ ਲਾਓ ਯਾਰ ਇਹ ਰੱਬ ਦਾ ਤੇ ਬੰਦੇ ਦਾ ਮਾਮਲਾ ਹੈ ਉਹ ਜਿਵੇਂ ਬਣੀ ਇਸਰਾਇਲ ਦੀ ਇੱਕ ਬੀਬੀ ਸੀ ساری ਉਮਰ ਜਿਸਮ ਵੇਚਿਆ ਫਾਹੀਸ਼ਾ ਹੋਰ ਸੀ ਉਹ ਵੀ ਕੰਜਰੀ ਸੀ ਜਿਸਮ ਵੇਚਦੀ ਸੀ ਲੇਕਿਨ ਜਦੋਂ ਵੇਖਿਆ ਕਿ ਗਰਮੀ ਨਾਲ ਇੱਕ ਕੁੱਤਾ ਜਿਹੜਾ ਨਾ ਤੜਫ ਰਿਹਾ ਤੇ ਬਸ ਉਹ ਖੂਹ ਵਿੱਚ ਮੌਜ਼ਾ ਸੁੱਟ ਕੇ ਜਾਂ ਜਿਸ ਤਰ੍ਹਾਂ ਵੀ ਪਾਣੀ ਕੱਢ ਕੇ ਪੀ ਆਇਆ ਉਹਨੂੰ ਰੱਬ ਸੋਣੇ ਨੂੰ ਉਹਨੂੰ ਜੰਨਤ ਵਿੱਚ ਵਾੜ ਦੇਣਾ। ਇਹ ਰੱਬ ਦੇ ਤੇ ਬੰਦੇ ਦੇ ਕੰਮ ਨੇ। ਰੱਬ ਦੇ ਛੱਡ ਦਿਆ ਕਰੋ। ਤੁਸੀਂ ਕਿਸੇ ਵਾਸਤੇ ਚੰਗਾ ਗੁਮਾਨ ਕਰੋ, ਚੰਗਾ ਸੋਚੋ, ਦੁਆ ਦੇਵੋ। ਤੇ ਇਹੋ ਜੀਆਂ ਚੀਜ਼ਾਂ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਇਨਸਾਨੀਅਤ ਦੇ ਭਲੇ ਦਾ ਕੰਮ ਕਰੋਗੇ ਤੇ ਰੱਬ ਸੋਣਾ ਹੈ ਨਾ ਤੁਹਾਡੇ ਤੇ ਰਹਿਮਤਾਂ ਕਰਨ ਵਾਲਾ। ਤੁਹਾਡੇ ਦੋਨੋਂ ਜਹਾਂ ਸਵਾਰ ਦੇਗਾ। ਅੱਲਾ ਪਾਕ ਉਹਨਾਂ ਤੇ ਆਪਣੀਆਂ ਰਹਿਮਤਾਂ ਕਰੇ ਜਿਹੜੇ ਟੁਰ ਗਏ ਨੇ। ਤੇ ਅੱਲਾਹ ਪਾਕ ਸਾਨੂੰ ਸਭ ਨੂੰ ਵੀ ਚੰਗੇ ਕੰਮ ਕਰਨ ਦੀ ਇਨਸਾਨੀਅਤ ਦੇ ਸੇਵਾ ਕਰਨ ਦੀ ਤੌਫੀਕ عطا فرمਾਏ ਜੁਣਦੇ ਵਾਸਤੇ ਰਬੋ ਦਿਓ ਜਾਸ ਤਾਂ ਕਿਸੇ ਹੋਰ ਕਹਾਣੀ ਦੇ ਨਾਲ ਤੁਹਾਡੀ ਸੇਵਾ ਚਾਹੁੰਦੇ ਆ ਆਪਣਾ ਬਹੁਤ ਸਾਰਾ ਖਿਆਲ ਰੱਖੋ ਜੀ ਰਬ ਰਾਕ